ਦੋਸਤੋ, ਹੁਣੇ ਹੁਣੇ ਸੀਐਮ ਮਾਨ ਦਾ ਇੱਕ ਜਿਹੜਾ ਬਿਆਨ ਆ ਉਹ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ 'ਤੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਚਾਹੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮੇਰੀ ਬਦਨਾਮੀ ਕਰਕੇ ਦੇਖ ਲਓ, ਤੁਸੀਂ ਮੇਰੇ ਮੱਥੇ 'ਤੇ ਤਿਊੜੀ ਤੱਕ ਨਹੀਂ ਪਾ ਸਕੇ, ਤੁਸੀਂ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ, ਕਿਉਂਕਿ ਪੰਜਾਬ ਦੀ ਜਨਤਾ ਉਹਨਾਂ ਦੇ ਨਾਲ ਹੈ। ਇਹ ਉਹਨਾਂ ਦਾ ਇਸ਼ਾਰਾ ਕਿਹਨਾਂ ਦੇ ਵੱਲ ਸੀ? ਚਾਹੇ ਉਹਨਾਂ ਦਾ ਇਸ਼ਾਰਾ ਸਿਆਸਤ ਦੇ ਵੱਲ ਸੀ ਜਾਂ ਉਹਨਾਂ ਦਾ ਇਸ਼ਾਰਾ ਆਪਣੇ ਨਿੱਜੀ ਪਰਿਵਾਰ ਦੇ ਵੱਲ ਸੀ, ਕਿਉਂਕਿ ਪਿੱਛੇ ਹੀ ਉਹਨਾਂ ਦੀ ਧੀ ਨੇ ਉਹਨਾਂ ਦੇ ਉੱਤੇ ਕਾਫ਼ੀ ਵੱਡੇ ਵੱਡੇ ਇਲਜ਼ਾਮ ਲਾਏ ਨੇ। ਦੋਸਤੋ, ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਤਦ ਤੱਕ ਲਈ ਤੁਸੀਂ ਦੇਖੋ ਆ ਵੀਡੀਓ। ਆਪਾਂ ਚਾਰ ਪੰਜ ਬੰਦਿਆਂ ਤੋਂ ਡਰ ਕੇ ਦੇਖ ਹੀ ਜਾਂਦੇ ਰਹਿੰਦੇ ਵੀ ਕਦੋਂ ਮੌਕਾ ਮਿਲੇ। ਆਪਣੇ ਆਇਆਂ ਨਹੀਂ ਲੁੱਟ ਲਏ ਆਪਾਂ, ਮਾਨਾਂ ਨੇ ਮੋੜੀ ਕੱਢੀ ਹੋਈ ਹੈ ਇੱਥੇ, ਇਹ ਇਹ ਨਹੀਂ ਉੱਜੜ ਸਕਦਾ। ਲੱਖ ਕੋਸ਼ਿਸ਼ਾਂ ਕਰ ਲੈਣ, ਦੇਖੋ ਕਿੰਨਾ ਕੁਛ ਕਰੀ ਜਾਂਦੇ ਆ ਮੇਰੇ ਖਿਲਾਫ਼, ਹੈ ਨਾ, ਕੋਈ ਇੱਧਰੋਂ ਕੋਈ ਉੱਧਰੋਂ, ਜਿੰਨੇ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਮੇਰੇ ਮੱਥੇ 'ਤੇ ਤਿਉੜੀ ਨਹੀਂ ਪਾ ਸਕਦਾ ਧਰਤੀ 'ਤੇ। ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ, ਮੈਨੂੰ ਹੋਰ ਕੀ ਚਾਹੀਦਾ।